ਕਾਕਾ ਕੋਕਾ ਤਾਂ ਠੀਕ ਹੈ, ਮੈਨੂੰ ਆ ਦੱਸ ਤੇਰੀ ਉਮਰ ਕਿੰਨੀ ਆ? 16 ਸਾਲ। 16 ਸਾਲ ਦਾ ਹੋ ਕੇ ਤੂੰ ਕੋਕੇ ਦੀਆਂ ਗੱਲਾਂ ਕਰਦਾ ਹੈ? ਹੱਸਦਾ ਰਹਿ, ਉੱਧਰ ਚੱਲੀ ਆ ਬੱਚੀ। ਫਿਰ ਸਚਿਨ ਭਾਈ ਤੁਸੀਂ ਦੱਸੋ ਫਿਰ ਕਿਹੋ ਜਿਹਾ ਲੱਗਿਆ ਕਾਕਾ? ਯਾਰ ਇਹ ਮੁੰਡਾ ਨਾ ਹਮੇਸ਼ਾ ਹੀ ਬਸ ਕਮਾਲ ਹੈ, ਇਹ ਦਿਲ ਲੁੱਟ ਕੇ ਲੈ ਜਾਂਦਾ ਜਦੋਂ ਸਟੇਜ 'ਤੇ ਆਉਂਦਾ। ਔਰ ਇਹ ਗਾਣਾ ਮੇਰੇ ਫਾਦਰ ਸਾਹਿਬ ਦਾ ਗਾਣਾ, ਉਹਨਾਂ ਦੀ ਕੰਪੋਜੀਸ਼ਨ ਆ, ਮੇਰਾ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਇਹ ਗਾਣਾ, ਬਹੁਤ ਅੱਛਾ ਗਾਇਆ ਬੇਟਾ। ਗੁਰਵਿੰਦਰ ਜਿਉਂਦਾ ਰਹਿ, ਛੋਟੇ ਸਲੀਮ ਜਿਉਂਦਾ ਰਹਿ। ਧੰਨਵਾਦ ਜੀ। ਆਓ ਜੀ ਫਿਰ ਵੱਡੇ ਸਲੀਮ ਕੋਲ ਚੱਲਦੇ ਹਾਂ। ਮੈਂ ਜਦੋਂ ਗੱਡੀ ਆਪਣੀ 'ਚ ਬਹਿਣਾ ਨਾ, ਅਤੇ ਮੇਰੇ ਕੋਲ ਇੱਕ ਸੀ ਡੀ ਹੈ, ਉਹ ਸੀ ਡੀ ਹੈ ਸਰਦੂਲ ਸਿਕੰਦਰ ਸਾਹਿਬ ਦੀ। ਉਹਨਾਂ ਵਰਗਾ ਸੁਰੀਲਾ ਗਾਇਕ ਪੰਜਾਬੀ ਗਾਇਕੀ 'ਚ ਮੈਂ ਅੱਜ ਤੱਕ ਨਹੀਂ ਉਹ ਸੁਣਿਆ। ਰੱਬ ਉਹਨਾਂ ਦੀ ਕਰੋੜ ਸਾਲ ਉਮਰ ਕਰੇ। ਸਰਦੂਲ ਭਾਅ ਜੀ ਸਲਿਊਟ ਆ ਤੁਹਾਨੂੰ। ਔਰ ਉਸ ਤੋਂ ਵੀ ਜਿਹੜੀ ਜ਼ਿਆਦਾ ਵੱਡੀ ਗੱਲ ਹੈ ਉਹ ਇਹ ਹੈ ਕਿ ਸਾਡੇ ਗੁਰੂ ਜੀ ਕੁਦਰਤ ਨੇ ਮੈਨੂੰ ਮੌਕਾ ਦਿੱਤਾ, ਮੈਨੂੰ ਉਹਨਾਂ ਦੇ ਅੰਸ਼। ਮੈਂ ਆਪਣੇ ਆਪ ਨੂੰ ਉਦੋਂ ਹੀ ਸਿੰਗਰ ਸਮਝਿਆ ਜਦੋਂ ਮੈਂ ਇਹਦੇ ਕੋਲ ਗਿਆ। ਵਰਨਾ ਮੈਂ ਕਿਹਾ ਠੀਕ ਹੈ, ਜਿੰਨਾ ਚਿਰ ਅਹੂਜਾ ਫੈਮਿਲੀ ਤੋਂ, ਮੇਰੇ ਡੈਡੀ ਕਹਿੰਦੇ ਜਿੰਨਾ ਚਿਰ ਬੇਟੇ ਉੱਥੋਂ ਪਾਸ ਨਹੀਂ ਨਾ ਹੁੰਦਾ ਕੋਈ ਵੀ, ਉਹਨਾਂ ਚਿਰ ਉਹ ਪੰਜਾਬੀ ਗਾਇਕੀ 'ਚ ਸਥਾਪਿਤ ਨਹੀਂ ਹੁੰਦਾ। ਸੋ ਗੁਰੂ ਜੀ ਨੂੰ ਇੱਕ ਵਾਰੀ ਸਲਿਊਟ ਇੱਦਾਂ ਕਰਕੇ। ਹੁਣ ਗੱਲ ਗੁਰਵਿੰਦਰ ਦੀ ਕਰਦਾ ਮੈਂ। ਇਹ ਬੱਚਾ ਕਮਾਲ ਹੈ ਯਾਰ, ਇਹਨੇ ਜਿੰਨੀ ਵਾਰੀ ਵੀ ਗਾਇਆ ਸਾਨੂੰ ਕਦੀ ਇਹਦੇ ਤੋਂ ਕੋਈ ਸ਼ਿਕਾਇਤ ਨਹੀਂ ਰਹੀ। ਭਰਾਵਾ ਤੂੰ ਛੋਟਾ ਸਲੀਮ ਨਹੀਂ, ਤੂੰ ਤਾਂ ਮੋਟਾ ਹੀ ਸਲੀਮ ਆ ਭਰਾਵਾ, ਜਿਉਂਦਾ ਰਹਿ, ਬਾਕੀ ਤੈਨੂੰ ਪ੍ਰਣਾਮ। ਧੰਨਵਾਦ ਜੀ। ਅਤੁਲ ਜੀ, ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਗਾਣਾ, ਮਿੱਤਰਾਂ ਨੂੰ ਮਾਰ ਗਿਆ ਵੇ ਤੇਰਾ ਗਾਣਾ, ਅੱਜ ਸਾਨੂੰ ਮਾਰ ਗਿਆ, ਅੱਜ ਸਾਨੂੰ ਮਾਰ ਗਿਆ ਵੇ ਤੇਰਾ ਗਾਣਾ। ਸ਼ਾਬਾਸ਼ ਬੇਟਾ, ਬਹੁਤ ਅੱਛਾ ਗਾਇਆ ਬੇਟਾ ਤੂੰ, ਸ਼ਾਬਾਸ਼। ਧੰਨਵਾਦ ਜੀ। ਰੋਸ਼ਨ ਭਾਅ ਜੀ, ਅੱਜ ਦੀ ਅਨਦਰ ਜਿਹੜੀ ਗਟਰ ਪਰਫੋਰਮੈਂਸ ਕਿਉਂ ਹੈ, ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਯਾਰ। ਬਹੁਤ ਸਾਰਾ ਆਸ਼ੀਰਵਾਦ ਤੇਰੇ ਵਾਸਤੇ ਯਾਰ, ਬਹੁਤ ਸਾਰਾ ਆਸ਼ੀਰਵਾਦ, ਜੱਗ ਜਿੱਤ ਲੈਣਾ ਇੱਕ ਦਿਨ ਪੱਕਾ। ਧੰਨਵਾਦ ਜੀ। ਹਾਂਜੀ ਕਿੱਟ ਬਾਈ, ਕਿਹੋ ਜਿਹਾ ਲੱਗਦਾ, ਮਤਲਬ ਕਿੰਨੀ ਛਾਤੀ ਚੌੜੀ ਹੁੰਦੀ ਹੈ ਜਦੋਂ ਮਤਲਬ ਤੁਹਾਡੇ ਬੱਚਿਆਂ ਨੂੰ ਮਤਲਬ ਕਿਹਾ ਜਾਂਦਾ ਇੱਦਾਂ? ਮੇਰੇ ਕੋਲ ਵਰਡਸ ਹੀ, ਸ਼ਬਦ ਹੈ ਨਹੀਂ ਗੇ ਤੇਰੀ ਮਤਲਬ ਤੈਨੂੰ ਤਾਰੀਫ ਕਰਨ ਵਾਸਤੇ ਜਾਂ ਤੈਨੂੰ ਸ਼ਾਬਾਸ਼ੀ ਦੇਣ ਵਾਸਤੇ। ਜਿਉਂਦਾ ਰਹਿ। ਅਤੇ ਆਇਆ ਵੀ ਜਿਹੜਾ ਬੱਲੇ ਬੱਲੇ ਤੂੰ ਖੱਟ ਲਈ ਹੈ, ਅਤੇ ਤੈਨੂੰ ਮਾਫ਼ ਹੈ, ਜਿਹੜੀ ਪਹਿਲਾਂ ਝਿੜਕਾਂ ਝੁੜਕਾਂ ਚਲਾਉਣ ਚਲਾਉਣ ਸਾਰੇ ਤੇਰੇ ਮਾਫ਼ ਕਰ ਦਾਂਗਾ, ਤੂੰ ਮੈਨੂੰ ਆਪਣਾ ਨੰਬਰ ਦੇ ਕੇ ਜਾਈਂ, ਠੀਕ ਹੈ? ਮੈਂ ਕਿਹਾ ਤੇਰਾ ਗਾਰਡ ਪਰਸਨਲ ਬਣੂ ਮੈਂ, ਗੱਲ ਆ ਕੋਈ ਪਰਸੀ ਨੌਕਰੀ ਛੱਡ ਕੇ ਬਣੂ, ਆਏ ਘਰਾ ਜਾ ਦਮ ਦੇ ਕੇ, ਫਿਰ ਅੰਗੂਠਾ ਚੱਕ ਕੇ ਕਹਿ ਬੋਰਡ ਮਾਰ ਕੇ ਬਰਾ ਬਰਾ, ਲੈਟਸ ਮੇਕ ਇਟ ਲਾਰਜ ਹੈ ਚੱਕ।